26 ਤੇ 27 ਦੀ ਸਾਡੀ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ 30 ਜਥੇਬੰਦੀਆਂ ਦੀ ਫੁੱਲ ਤਿਆਰੀ ਹੈ ਮੇਰਾ ਖਿਆਲ ਲੱਖਾਂ ਸਾਡਾ ਕਿਸਾਨ ਜਾਊਗਾ ਤੇ ਟਰੈਕਟਰਾਂ ਦੀ ਗਿਣਤੀ ਅਸੀਂ ਦੱਸ ਹੀ ਨਹੀਂ ਸਕਦੇ ਪੂਰੇ ਪੂਰਾ ਜ਼ੋਰ ਲੱਗਿਆ ਹੋਇਆ ਪਿੰਡਾਂ ਦੇ ਲੋਕਾਂ ਦਾ ਇੱਥੋਂ ਵੀ ਪੂਰੀ ਤਿਆਰੀ ਹੈ ਜਾਵਾਂਗੇ ਪਰ ਜਿਹੜਾ ਸੈਂਟਰ ਸਰਕਾਰ ਦਾ ਪੰਜਾਬ ਵਾਸਤੇ ਪੰਜਾਬ ਦੇ ਵਪਾਰੀਆਂ ਵਾਸਤੇ ਪੰਜਾਬ ਦੇ ਮਜ਼ਦੂਰਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਜਿਹੜਾ ਉਹਦਾ ਵਤੀਰਾ ਅੜੀ ਵਾਲਾ ਅਸੀਂ ਇਹ ਸਾਰੀਆਂ ਜਥੇਬੰਦੀਆਂ ਉਹਦੇ ਇਸ ਅੜੀ ਵਾਲੇ ਵਤੀਰੇ ਦੀ ਨਿੰਦਿਆ ਕਰਦੇ ਹਾਂ ਪਰ ਜੇ ਉਹ ਪਹਿਲ ਕਦਮੀ ਕਰੇ ਸੈਂਟਰ ਸਰਕਾਰ ਅਸੀਂ ਮੇਰਾ ਖਿਆਲ ਹੈ ਮਾਲ ਗੱਡੀਆਂ ਛੱਡਿਆਂ ਨੂੰ ਸਾਨੂੰ ਮੈਨੂੰ ਤਾਂ ਲੱਗਦਾ ਵੀ ਕਾਫੀ ਦਿਨ ਹੋ ਗਏ ਮਹੀਨੇ ਵਾਂਗੂ ਹੋ ਗਿਆ ਉਹ ਸੈਂਟਰ ਸਰਕਾਰ ਪਹਿਲ ਕਦਮੀ ਕਰੇ ਵੀ ਉਹ ਗੱਡੀਆਂ ਨੂੰ ਚਲਾਵੇ ਤੇ ਫਿਰ ਅਸੀਂ ਤੁਰਤ ਮੀਟਿੰਗ ਸੱਦ ਕੇ ਐਮਰਜੈਂਸੀ ਮੀਟਿੰਗ ਸੱਦ ਕੇ ਤਾਂ ਅਸੀਂ ਸੋਚ ਸਕਦੇ ਹਾਂ ਵੀ ਚੜਾਊ ਗੱਡੀਆਂ ਬਾਰੇ ਆਪਾਂ ਨੂੰ ਕੀ ਕਰਨਾ ਚਾਹੀਦਾ ਤੁਰਤ ਮੀਟਿੰਗ ਸੱਦਾਂਗੇ ਜੇ ਸੈਂਟਰ ਸਰਕਾਰ ਮਾਲ ਗੱਡੀਆਂ ਦੇ ਅੱਜ ਕਿਸਾਨਾਂ ਕੋਲ ਰੇ ਨਹੀਂ ਵਪਾਰੀਆਂ ਦਾ ਮਾਲ ਰੁਕਿਆ ਪਿਆ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਕਰਕੇ ਜਿਹੜਾ ਸੈਂਟਰ ਸਰਕਾਰ ਦਾ ਵਤੀਰਾ ਸਰਾਸਰ ਗਲਤ ਹੈ ਇੱਕ ਵਧੀਆ ਸਭ ਸਗਨ ਹੈ ਜਿਹੜੀਆਂ ਜਥੇਬੰਦੀਆਂ ਸੀ ਸਾਰੇ ਦੇਸ਼ ਦੇ ਵਿੱਚ ਅੱਡੋਡੀ ਲੜ ਰਹੇ ਸੀ ਉਹ ਸਾਡਾ ਇੱਕ ਪਲੇਟਫਾਰਮ ਭਾਰਤ ਦੇ ਪੱਧਰ ਦਾ ਬਣ ਗਿਆ ਸੰਯੁਕਤ ਕਿਸਾਨ ਮੋਰਚਾ ਕੱਲ੍ਹ ਨੂੰ 11 ਵਜੇ ਉਹਦੀ ਇੱਥੇ ਮੀਟਿੰਗ ਹੋਣੀ ਹੈ ਸਾਰੇ ਜਿਹੜਾ ਅੰਦੋਲਨ ਮਤਲਬ ਇਕੱਲੇ ਪੰਜਾਬ 'ਚੋਂ ਨਹੀਂ ਹੈਗਾ ਸਾਰੇ ਭਾਰਤ ਦਾ ਅੰਦੋਲਨ ਹੈ ਉਹ ਵੀ ਕਿੱਥੋਂ ਕਿੱਥੋਂ ਕਿਵੇਂ ਕਰਨਾ ਕੀ ਤਿਆਰੀਆਂ ਸਾਡੀਆਂ ਪੰਜਾਬ ਦੀਆਂ ਤਿਆਰੀਆਂ ਉਹ ਪਹਿਲਾਂ ਦੋ ਤਿੰਨ ਗਰੁੱਪ ਬਣੇ ਹੋਏ ਸੀਗੇ ਉਹ ਸਾਰੇ ਇਕੱਠੇ ਹੋ ਗਏ ਹੁਣ ਨੌਵੀਂ ਬਦਲਤਾ ਸੁਣਨ ਲੱਗ ਗਿਆ ਪਤਾ ਮਤਲਬ ਹਾਂਜੀ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਹਾਂ ਇੱਥੇ ਹੋ ਗਈ ਹਾਂ ਹਾਂ ਸਾਰੇ ਸਾਰੀਆਂ ਸਟੇਟਾਂ 'ਚ ਹੋਣਗੇ ਹਾਂ ਹੁਣ ਦੱਸੋ ਹੋਰ ਤੁਸੀਂ ਕੀ ਪੁੱਛਣਾ ਚਾਹੁੰਦੇ ਮੁੱਖ ਮੰਤਰੀ ਇਹ ਤਾਂ ਸਾਡਾ ਮੇਰਾ ਖਿਆਲ ਆ ਸਰਕਾਰ ਦਾ ਜਿੱਦਣ ਦੇ ਅਸੀਂ 1 ਤਰੀਕ ਨੂੰ ਲੈਣਾ ਤੇ ਬੈਠੇ ਉਦੋਂ ਦਾ ਰੱਪੜ ਚੱਲੀ ਜਾਂਦਾ ਅਸੀਂ ਆਪਦਾ ਅੱਧਾ ਦੋਲਣ ਕਿਉਂ ਛੱਡਾਂਗੇ ਇਹ ਸਾਡਾ ਅਸੀਂ ਕਹਿੰਦੇ ਮਾਲ ਤਾਂ ਸਾਡੀਆਂ ਉਦੋਂ ਦੀਆਂ ਛੱਡੀਆਂ ਹੋਈਆਂ ਪਰ ਚੜਾਊ ਬਾਰੇ ਅਸੀਂ ਫੇਰ ਸੋਚਾਂਗੇ ਜੇ ਸੈਂਟਰ ਸਰਕਾਰ ਪਹਿਲਾਂ ਮਾਲ ਗੱਡੀਆਂ ਚਲਾਓ ਅਸੀਂ ਤੁਰਤ ਮੀਟਿੰਗ ਸੱਦਾਂਗੇ ਜਿੱਥੇ ਸਾਡੇ ਸਟੇਸ਼ਨਾਂ ਦੇ ਮਗਰਲੇ ਪਾਸੇ ਬੈਠੇ ਹਾਂ ਸਾਨੂੰ ਬੰਦਿਆਂ ਦੀ ਗਿਣਤੀ ਘਟਾਉਣੀ ਪਊ ਕਿਉਂ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਨਾ ਉੱਥੇ ਅਸੀਂ 11 ਤੋਂ ਲੈ ਕੇ 21 ਬੰਦੇ ਬਹਾਵਾਂਗੇ ਕਿਤੇ ਵੀ ਹੈ ਉਹ ਸਾਡੇ ਦਿਨ ਰਾਤ ਬੈਠਣਗੇ ਅਤੇ ਦੂਜੀ ਸਾਡੀ ਸਾਰੀ ਫੋਰਸ ਹੈ ਅਸੀਂ ਦਿੱਲੀ ਨੂੰ ਜਾਵਾਂਗੇ 26 ਤਰੀਕ ਪਰ ਗਾਂ 26 ਤੋਂ ਵੀ ਅਸੀਂ ਕੁਛ ਸਾਡੇ ਜ਼ਿਲ੍ਹੇ 24 ਨੂੰ ਤੁਰਨਗੇ ਕੁਛ 25 ਨੂੰ ਤੁਰਨਗੇ ਫਿਰ ਹੀ ਉੱਥੇ ਪਹੁੰਚਿਆ ਜਾਊ ਨਾ 26 ਨੂੰ ਵੀ ਮਤਲਬ ਤਿਆਰੀ ਕਰਨੀ ਹੈ ਮੇਰਾ ਖਿਆਲ ਹੈ ਸੰਘਰਸ਼ੀਲ ਲੋਕ ਕਦੇ ਕੜਕੀ 'ਚ ਨਹੀਂ ਫਸਦੇ ਹੁੰਦੇ ਉਹ ਆਪਦਾ ਸੰਘਰਸ਼ ਕਰਦੇ ਹੁੰਦੇ ਨੇ ਕੜਕੀ 'ਚ ਫਸੀ ਹੈ ਸੈਂਟਰ ਸਰਕਾਰ ਜਿਹੜੀ ਉਹ 3-4 ਸਟੇਟਾਂ ਨੂੰ ਆਪਦੇ ਨਾਲੋਂ ਰਾਬਤਾ ਤੋੜੀ ਬੈਠੀ ਹੈ ਦੇਖੋ ਇਹ ਕੋਈ ਮਿੰਤਦਾਰੀ ਨਹੀਂ ਅਸੀਂ ਕਿਸਾਨਾਂ ਦੇ ਹਿੱਤ ਮਜ਼ਦੂਰਾਂ ਦੇ ਹਿੱਤ ਵਪਾਰੀਆਂ ਦੇ ਹਿੱਤ ਸਾਰੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਦੇਖ ਕੇ ਸਾਨੂੰ ਤਾਂ ਸਿਖਿਆ ਹੈ ਸਾਡੇ ਗੁਰੂਆਂ ਨੇ ਕਦੇ 4 ਕਰਮਾਂ ਗਾਹਾਂ ਕਦੇ 2 ਕਰਮਾਂ ਪਛਾਹਾਂ ਅਸੀਂ ਉਸ ਅਧੀਨ 'ਤੇ ਚੱਲ ਰਹੇ ਹਾਂ ਕੋਈ ਅਸੀਂ ਮਤਲਬ ਸੰਕਟ ਦੇ ਵਿੱਚ ਠੀਕ ਹੈ ਸਾਡਾ ਪੰਜਾਬ ਸੰਕਟ ਦੇ ਵਿੱਚ ਫਸਿਆ ਇਹ ਜੇ ਇੱਕ ਭਲੇ ਲਈ ਅਸੀਂ ਵਧੀਆ ਗੱਲ ਕਹਿ ਦਾਂਗੇ ਇਹ ਕੋਈ ਥੱਲੇ ਲੱਗਣ ਵਾਲੀ ਗੱਲ ਨਹੀਂ ਹੁੰਦੀ ਥੱਲੇ ਲੱਗੀ ਹੈ ਸੈਂਟਰ ਸਰਕਾਰ ਕਦੇ ਸਾਨੂੰ ਚਿੱਠੀ ਕੱਢਦੀ ਹੈ ਕਦੇ ਸਾਡੀ ਮਤਲਬ ਖੇਤੀਬਾੜੀ ਮੰਤਰਾਲੇ ਨਾਲ ਮੀਟਿੰਗ ਕਰਾਉਂਦੀ ਹੈ ਕਦੇ 7 ਘੰਟੇ ਮੰਤਰੀ ਬਹਿੰਦੇ ਨੇ ਫਿਰ ਅਸੀਂ ਥੱਲੇ ਲੱਗੇ ਕਿ ਸੈਂਟਰ ਸਰਕਾਰ ਥੱਲੇ ਲੱਗੀ ਬਿਲਕੁਲ ਨਹੀਂ ਅਸੀਂ ਤਿੰਨੇ ਬਿੱਲ ਖਾਰਜ ਕਰਾਉਣੇ ਨੇ
एक बिजली एक्ट है उन्हों खारज कराना है, एक जिहड़ा साडे दे उत्ते मतलब 1 करोड़ रुपया जुर्माना ते 5 साल की सज़ा है। ਇਹ ਸਾਡਾ ਅੰਦੋਲਨ ਲੰਮਾ ਹੈ, ਅਸੀਂ ਕੋਈ ਇਹਦੇ ਵਿੱਚ ਮਾੜਾ ਮੋਟਾ ਫਰਕ ਨਹੀਂ ਪਾਉਂਦੇ, ਅਸੀਂ ਜਿੰਨਾ ਚਿਰ ਨਹੀਂ ਸਾਰੇ ਵਾਪਸ ਲੈਂਦੇ ਸੈਂਟਰ ਸਰਕਾਰ ਅਸੀਂ ਪਿੱਛੇ ਨਹੀਂ ਹਟਾਂਗੇ। ਤੁਸੀਂ ਕਿਹਾ ਕਿ ਅਸੀਂ 21 ਤਰੀਕ ਨੂੰ ਅਸੀਂ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੀ ਮੀਟਿੰਗ ਸੱਦ ਲਈ ਹੈ ਤੇ ਇਹ ਵੀ ਖਬਰ ਆ ਰਹੀ ਹੈ ਕਿ ਸ਼ਾਇਦ 1 ਤਰੀਕ ਨੂੰ ਦਿੱਲੀ ਦੁਬਾਰਾ ਮੀਟਿੰਗ ਆ ਜਾਏ, ਜੇ ਉਹ ਮੀਟਿੰਗ ਆਉਂਦੀ ਹੈ ਜਾਓਗੇ? ਜੇ ਮੀਟਿੰਗ ਉਹ ਸਦਭਾਵਨਾ ਨਾਲ ਸਾਦੇ ਨੇ, ਮੀਟਿੰਗ ਤੋਂ ਕਦੇ ਨਹੀਂ ਭੱਜਣਾ ਚਾਹੀਦਾ ਸਾਡੇ ਸਾਰੇ ਸਾਥੀਆਂ ਦੀ ਰਾਇ ਹੈ। ਕੋਈ ਇਸ ਕਹਿੰਦਾ ਮਤਲਬ ਮੀਟਿੰਗ ਦੇ ਜੋ ਸੱਦਣਗੇ ਜਾਵਾਂਗੇ, पर मीटिंग एक थोड़ी जी गल जरूर रखांगे। दबा देखो साढ़े से दबा पाना चाहते असं उन्होंने, असं उन्होंने कहेंगे महाराज तुम माल गड्डिया चलाओ, मीटिंग भी कर लेंगे थोड़े ना, कि भजदे असं इन्ना तो रखा ना गल सू रखनी पेगी। मतलब जो फिर भी वह बारी बारी कह भी गड्डिया नहीं चलाते फिर शायद अं साथी फोन से रह कर लेंगे भी। मेरा ख्याल है मैं पहली प्रेस उत्ते भी गल करी थी, असी चंडीगढ़ आने कदे मंजूरी नहीं ली, असी डीसियां दे धरने दिने कदे नहीं मंजूरी ली, साड़ी थोड़े जे सेंट्रल लीडरां नूं हो रहा है भी यार मंजूरी लईए। मतलब मेरा ख्याल है मैं तो बड़ा मंजूरी मंजारी के हक च है ही नहीं गा, वह देवे मंजूरी ना देवे, वो जिहड़ा रामलीला मैदान पिया साडे लोकां दा, असी जावांगे पूरी तैयारी नाल जावांगे। असी कहने मतलब हरियाणा सरकार नूं साडी टक्कर सेंटर सरकार नाल है, हरियाणा सरकार साडे नाल ना पंगा लवे। असीं उन्हां दा हवाला दित्ता है कि कोरोना कारण ओह कह रहे कि असीं परमिशन नहीं दे सकदे कि दिल्ली दे विच हालात बहुत ज्यादा खराब हो रहे ने, दोबारा लॉकडाउन ट्रेनां का भी करौण नहीं करदे, असीं जिहड़ा परमिशन है ओह किसानां नूं नहीं दे सकदे। उन्हां ने बहाना जहाज चलाते बसां चलातियां, असीं तां मेरा ख्याल है वध गिणती साडी आ किसान असीं बीमारी नहीं समझदे। मेरी गल तां सुन लो, दुनिया दे विच दो मदवाड़े आए ने ते दो बारी संसार जंग लगी है, अज दुनिया के तीन तीजा मंदवाड़ा है, तो दुनिया का पूंजीवाद दुनिया के राजकर्ता लोग इस मंदवाड़े को किमें कढ़ते हैं, वो की बीमारी नाल टालते हैं, को संसार जंग लाते हैं, वो उन्होंने सिर ते गल हैगा। असी तो इनू कोई बड़ी बीमारी मूमरी नहीं, ये तो सानू डराया जा रहा है, जिहड़े हत्थ असी सारी उम्र च नहीं धोते, इन्होंने सानू 2 महीने तो बाद हत्थ मतलब सारी उम्र नहीं धोते हत्थ, मतलब डराउंदे ने मतलब। ये तो साडा तुसीं सुभाअ पहले ही देख दो, असीं चंडीगढ़ आउने आ, चंडीगढ़ का प्रशासन जिते सानू रोक लांदा है उत्थे बहिनी आ, पर असीं एक गल सुन लो, एक ट्रैक्टर मगर 2 ट्रालियां होणगियां, पूरा साडा प्रबंध होऊगा, असीं दस नहीं सकते भी किन्ने कु दिनां दा होऊगा। हुण जे कोई मूहरे बैरियर गट दे फिर उन्होंने बैरियर के यह जहाँ असं नहीं राय बनाई भी बैरियर उत्तों की छाल मारा, फिर तो वह स्टेट सरकार जिम्मेदार है, जिथे सू सेंटर रखो वो जिम्मेदार है, फिर यह तो मतलब उन्होंने सरकार की जिम्मेदारी है। शमाएदार जो सत्ता करते लोग असं सारे एक ही समझे, इन्होंने असं असं नखेड़ के नहीं देखते, असं तो अकाली तो कांग्रेस में भी नखेड़ के नहीं देखते, आ जिहड़े असीं लड़न वाले लोग बैठे हाँ, असीं तां इत्थे कहिंदे दो जमातां है, एक जमात लुट्टी जा रही है एक जमात लुटदी है। अच्छा रुल्लू जी, सारी पार्टियां कह रही है असीं किसानां दे नाल जावांगे, ओ तुहाडे उत्थे मंच ते आंदे तुहाडे सरने ते शामिल होंदे, की तुसीं उहनां नूं अलाउड करोगे? आम आदमी पार्टी भी यही कहती है, अकाली दल भी यही कहता है, कांग्रेस भी यही कहती है कि असीं उहनां दे नाल उहनां नूं पूरा समर्थन देवांगे। दूजिआं नूं तां छड्डो, कांग्रेस अकाली आम पार्टी असीं जिहड़े राजनीतिक कामरेड ने उहनां नूं इहनां दी स्टेज ते बोलण दिंदे, होर तो छड्डो गल, उन्होंने तो बोलने की देना है, जिहड़े साडी माड़ी जी हित की गल भी करते हैं वो जिहड़े राजनीतिक वड्डे लीडर ने उन्होंने जिहड़े राजनीति करते हैं साडी स्टेज ते उन्होंने कोई बोलने का अधिकार नहीं, कांग्रेस ते अकालियां ते आम पार्टी का की हो जाओ, अच्छा दिता बोलन कितने दसो सानू, मतलब असीं किसी नूं कोई नहीं बोलन दिता। अज कुछ मंत्री मतलब पंजाब सरकार के मंत्री आए थे, वो जिवें पहला मिनटा तरले जे करते ने, असीं इत्थों साढ़े पंज आगू तुरे थे, उन्होंने आपकी सारी गल रखती, पर असीं एक गल च उन्हां तों मना गए, जिहड़ा मजाड़ उन्होंने बंद करते थे पिंड वाले ਉਹ ਸਾਨੂੰ ਅੱਜ ਭਰੋਸਾ ਦਵਾ ਕੇ ਵੀ ਉਸ ਅਸੀਂ ਹਾਂ ਖਰੀਦ ਕੇਂਦਰ ਚਲਾਵਾਂਗੇ ਤੇ ਸਾਰਾ ਝੋਨਾ ਚੱਕਾਂਗੇ। ਮੇਰਾ ਖਿਆਲ ਹੈ ਛੋਟੀ ਜੀ ਮੰਗ ਹੈ,
किसान इस झोना बिक जूगा सौखा काम हो जूगा मेरा ख्याल है प्रेस बहुत स्याणी हुंदी आ उह साडे नाल रल के किद्दे चलदे ने मैनूं इह सवाल तां पुछण लई गल ही नहीं एक मतलब साडा साथी है साडे साथी मित्र ने साडे एक उत्थे बैठा बंद सतनाम सिंह पन्नू ते इह साथी अड बहिंदे ने ਉਹ ਉਹਨਾਂ ਦੀ ਮਰਜ਼ੀ ਆ ਜਿਹਾ ਜਿਹਾ ਸੰਘਰਸ਼ ਚਲਾਉਣਗੇ ਊ ਜਦੋਂ ਉਹ ਵੀ ਸੰਘਰਸ਼ ਲੜੀ ਜਾਂਦੇ ਨੇ ਅਸੀਂ ਵੀ ਲੜੀ ਜਾਂਦੇ ਹਾਂ ਸੰਘਰਸ਼ ਤਾਂ ਇੱਕੋ ਹੀ ਆ ਨਾ ਤੇ ਕੱਲ ਦੀ ਮੀਟਿੰਗ ਲਈ ਉਹਨਾਂ ਨੂੰ ਸੱਦਾ ਹੈਗਾ ਵੈਸੇ ਤੁਹਾਡੇ ਨਹੀਂ ਉਹਨਾਂ ਨੂੰ ਮੀਟਿੰਗ ਨਹੀਂ ਜੋਰ ਗਵਰ ਦੇ ਕਹਿ ਦੇ ਕੜਕ ਕੜਕ ਕਿਵੇਂ ਹਾਂ ਇੱਕ ਮੰਤਰੀ ਕਹਿ ਕੇ ਗਏ ਨੇ ਵੀ ਜਿਹੜੀ ਯੂਰੀਆ ਪੰਜਾਬ 'ਚ ਬਣਦੀ ਹੈ ਕਿਤੇ ਵੀ ਦੋ ਥਾਂ ਕਾਰਖਾਨੇ ਬਣਦੀ ਹੈ ਉਹ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਦੇਵਾਂਗੇ ਮੰਤਰੀ ਕਹਿ ਕੇ ਗਏ ਨੇ ਸਾਡੇ ਸਾਥੀਆਂ ਨੂੰ ਦੇਖੋ ਮੇਰੀ ਗੱਲ ਸੁਣੋ ਅਸੀਂ ਉਹਨਾਂ ਨੂੰ ਕਦੇ ਕਿਸੇ ਦਫ਼ਤਰ ਦਾ ਉਦਘਾਟਨ ਨਹੀਂ ਕਰਨ ਦੇਵਾਂਗੇ ਅਸੀਂ 30 ਜਥੇਬੰਦੀਆਂ ਬੈਠੀਆਂ ਜੇ ਦੋ ਦੋ ਗੱਡੀਆਂ ਤੋਰਨੀ ਕਿੰਨੀ ਬਣ ਗਈਆਂ 60 ਹੋ ਗਈਆਂ ਨਾ ਉਹਨਾਂ ਬਾਹਲੇ ਲੋਕਾਂ ਨੂੰ ਨਾ ਇਕੱਠੇ ਕਰੀਏ ਜਿੱਥੇ ਵੀ ਆਉਣਗੇ ਅਸੀਂ ਉਹਨਾਂ ਨੂੰ ਘੇਰਾਂਗੇ ਬਿਲਕੁਲ ਨਹੀਂ ਉਹਨਾਂ ਨੂੰ ਕਰਦੇ ਜੇ ਮੈਨੂੰ ਪਤਾ ਲੱਗਿਆ ਆ ਵੀਡੀਓ ਰਾਹੀਂ ਉਹ ਆਪਦੇ ਉਹ ਕਰੀ ਜਾਂਦੇ ਨੇ ਕਿ ਮਤਲਬ ਵੀ ਦਫ਼ਤਰ ਖੋਲਾਂਗੇ ਫਿਰ ਉਹਦਾ ਤਾਂ ਹੁਣ ਪ੍ਰਧਾਨ ਮੰਤਰੀ ਮੀਟਿੰਗਾਂ ਕਰਾਈ ਜਾਂਦੇ ਨੇ ਮੰਤਰੀ ਕਰਾਈ ਜਾਂਦੇ ਨੇ ਉਹਦਾ ਤਾਂ ਹੁਣ ਅਸੀਂ ਕਿਵੇਂ ਬੰਦ ਕਰ ਸਕਦੇ ਹਾਂ ਪਰ ਫਿਰ ਆਉਣ ਜੇ ਪੰਜਾਬ ਦੇ ਵਿੱਚ ਆਉਣਾ ਕਰਾ ਕੇ ਜੇ ਫਿਰ ਦੇਖਾਂਗੇ ਕੀ ਪੰਜੀ ਦਾ ਉਗੜਦੀ ਹੈ ਜੀ ਤਾਂ ਜਿੱਥੇ ਬੈਠੇ ਪਹਿਲਾਂ ਵੀ ਘੇਰੀ ਬੈਠੇ ਜੀ ਤੁਸੀਂ ਸਾਰੀ ਪ੍ਰੈਸ ਜਿੱਥੇ ਜਿੱਥੇ ਨੇ ਲੀਡਰ ਨੇ ਕਿਸੇ ਦਿਨ ਰਾਤ ਲਈ ਧਰਨੇ ਹਾਂ ਘੇਰਾਂਗੇ ਜੀ ਘੇਰਾਂਗੇ ਲਾਜ਼ਮੀ ਘੇਰਾਂਗੇ ਲਾਜ਼ਮੀ ਘੇਰਾਂਗੇ ਮੈਂ ਕਹਿੰਦਾ ਪ੍ਰੈਸ ਨੇ ਕੱਲ ਪਹਿਲਾਂ ਅਸੀਂ ਉਧਰੋਂ ਸੱਦਾ ਆਇਆ ਸਾਡੇ ਦੂਜਿਆਂ ਜਥੇਬੰਦਿਓ ਵੀ ਭਾਰਤ ਚੱਕਾ ਜਾਮ ਕਰਨਾ ਭਾਰਤ ਮਤਲਬ ਬੰਦ ਮੰਗੂ ਚੱਕਾ ਜਾਮ ਕਰਨਾ ਉਹ ਸਾਨੂੰ ਬਹੁਤ ਸਟੇਟਾਂ ਦੇ ਵਿੱਚੋਂ ਸਾਨੂੰ ਮਿਲਿਆ ਉਦੋਂ ਬਾਅਦ ਅਸੀਂ 1 ਤਰੀਕ ਨੂੰ ਗੱਡੀ ਦੀਆਂ ਲੈਣ 'ਤੇ ਬਹਿ ਕੇ ਗੱਡੀਆਂ ਰੁਕ ਗਈਆਂ ਕੁਛ ਸਮੱਸਿਆ ਨੂੰ ਸਾਨੂੰ ਦੇਖਦੇ ਹੋਏ ਅਸੀਂ ਸਮਝਦੇ ਹੋਏ ਵੀ ਮਤਲਬ ਸਮੱਸਿਆ ਨਾ ਖੜੀ ਹੋ ਜਾਏ ਤਾਂ ਅਸੀਂ ਇਹ ਦਬਾਅ ਪੰਜਾਬ ਸਰਕਾਰ 'ਤੇ ਪਾਇਆ ਸਾਨੂੰ ਵੀ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੁਛ ਨਾ ਕੁਛ ਜਾਂ ਪੰਜਾਬ ਸਰਕਾਰ ਮੰਨੇ ਜਾਂ ਸੈਂਟਰ ਸਰਕਾਰ ਮੰਨੇ ਤਾਂ ਪੰਜਾਬ ਸਰਕਾਰ ਨੇ ਕਿਹੜੇ ਤਰੀਕੇ ਨਾਲ ਸਾਨੂੰ ਸਾਡੀ ਮੀਟਿੰਗ ਪਹਿਲਾਂ ਸੱਦੀ ਫਿਰ ਉਹ 3 ਕਾਨੂੰਨ ਉਹਨਾਂ ਨੇ ਰੱਦ ਕਰਤੇ ਕੀ ਇਹਨਾਂ ਦਾ ਗਾਹਾਂ ਕੀ ਰਿਜਲਟ ਨਿਕਲਦਾ ਗਵਰਨਰ ਸਾਈਨ ਕਰਦਾ ਨਾ ਕਰਦਾ ਉਸ ਗੱਲ ਨੂੰ ਦੇਖ ਕੇ ਵੀ ਜੇ ਪੰਜਾਬ ਸਰਕਾਰ ਪਿੱਛੇ ਹਟੀ ਹੈ ਤਾਂ ਥੋੜ੍ਹਾ ਜਿਹਾ ਕਿਸਾਨ ਲੀਡਰਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਇਸੇ ਕਰਕੇ ਅਸੀਂ ਉਹ ਜਿਹੜਾ ਆਪਣਾ ਟਰੈਕ ਸੀ ਖਾਲੀ ਕਰਤੇ ਚੱਲ ਸਾਡੇ ਕੁਝ ਸਾਥੀ ਟੇਸ਼ਨਾਂ 'ਤੇ ਬੈਠੇ ਰਹੇ ਤਾਂ ਸੈਂਟਰ ਨੇ ਇਤਰਾਜ਼ ਉਠਾਇਆ ਵੀ ਤੁਸੀਂ ਤਾਂ ਟੇਸ਼ਨਾਂ 'ਤੇ ਬੈਠੇ ਹੋ ਅਸੀਂ ਕਿਹਾ ਵੀ ਇਹ ਨਾ ਗੱਲ ਕਹੀਏ ਅਸੀਂ ਸਾਰੇ ਤਾਂ ਹਦਾਇਤਾਂ ਕਰਦੇ ਹਾਂ ਵੀ ਟੇਸ਼ਨਾਂ ਤੋਂ ਮਗਰ ਪਾਰਕਾਂ 'ਚ ਵਗ ਜਾਓ ਹੁਣ ਅਸੀਂ ਉੱਥੇ ਦੇ ਪਾਰਕਾਂ 'ਚ ਬੈਠਿਆਂਗੇ ਅਤੇ ਸਰਕਾਰ ਉਸ ਗੱਲ 'ਤੇ ਜਿਹੜੀ ਕੋਈ ਸਾਡਾ ਅੰਦੋਲਨ ਮੇਰਾ ਖਿਆਲ ਹੈ ਅਗਲਾ ਵੀ ਹੁਣ ਦਿੱਲੀ ਨੂੰ ਜਾ ਰਹੇ ਹਾਂ ਨਹੀਂ ਨਹੀਂ ਮੇਰੀ ਗੱਲ ਤਾਂ ਇੱਕ ਤਾਂ ਅਸੀਂ ਪੰਜਾਬ ਤੇ ਉਹਨੂੰ ਸਾਰੇ ਭਾਰਤ ਦਾ ਆਲ ਇੰਡੀਆ ਦਾ ਅੰਦੋਲਨ ਬਣ ਗਿਆ ਇਹ ਸਾਡੀ ਇੱਕ ਪ੍ਰਾਪਤੀ ਆ ਇਹ ਸਾਡੀ ਇੱਕ ਪ੍ਰਾਪਤੀ ਹੈ ਇੱਕ ਹੁਣ ਅਸੀਂ ਸਾਰੇ ਭਾਰਤ ਦੇ ਕਿਸਾਨ ਅਸੀਂ ਦਿੱਲੀ ਨੂੰ ਘੇਰਨ ਜਾ ਰਹੇ ਘਿਰੂਗੀ ਦਿੱਲੀ ਅਸੀਂ ਜਾ ਰਹੇ ਹਾਂ ਦਿੱਲੀ ਦੇ ਵਿੱਚ ਧਰਨਾ ਦੇਣ ਠੀਕ ਹੈ ਨਾ ਗੱਲ ਇਹਦੀ ਡੇਟ ਨਹੀਂ ਕੋਈ ਦੱਸ ਸਕਦੀ ਕਿੰਨੇ ਦਿਨ ਰਹੂਗਾ ਕੀ ਹੋਊਗਾ ਕੀ ਕਰਨਾ ਉਹ ਜੇ ਕਿਤੇ ਹੋਰ ਆਪਦੇ ਆਪ ਕਰਾਓ ਕਰਾ ਲਾਉਂਦੀ ਹੈ ਦਿੱਲੀ ਫਿਰ ਉਹਦੀ ਮਰਜ਼ੀ ਹੈ ਮਤਲਬ ਉਹ ਆਪਦੀਆਂ ਸਰਕਾਰਾਂ ਨੂੰ ਕਹਿ ਜਾਂਦੀ ਆ ਵੀ ਘੇਰ ਲਓ ਕਿਸਾਨਾਂ ਨੂੰ ਆਉਣ ਨਹੀਂ ਦੇਣਾ ਅਤੇ ਅਸੀਂ ਸਾਡਾ ਹੁਣ ਵੀ ਮੈਂ ਦੁਬਾਰੇ ਕਹਿਣਾ ਚਾਹੁੰਦਾ ਕਰਾਨੋ ਕਰੂਨੋ ਦਾ ਬਣਾਉਣਗੇ ਬਹਾਨਾ ਬਿਮਾਰੀ ਦਾ ਕੋਈ ਇੱਥੇ ਬਿਮਾਰੀਆਂ ਬਮੂਰੀਆਂ ਨਹੀਂ ਇੰਨੇ ਬੰਦੇ ਤਾਂ ਰੋਜ਼ ਹੀ ਮਰਦੇ ਰਹਿੰਦੇ ਨੇ ਪਹਿਲਾਂ ਵੀ ਇੱਕੜ ਵਰਦੇ ਨੀਗੇ